ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਦਾਅਵਾ ਹੈ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਧ ਕਰ ਵਸੂਲਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ ਉਹਨਾਂ ਦੋਸ਼ ਲਾਇਆ ਕਿ ਭਾਰਤ ਨੇ ਕਈ ਅਮਰੀਕੀ ਉਤਪਾਦਾਂ ਤੇ 100% ਟੈਕਸ ਲਾਇਆ ਹੋਇਆ ਹੈ ਜਿਨ੍ਹਾਂ ਵਿੱਚ ਹਾਲੇ ਡੈਵਿਡਸਨ ਮੋਟਰਸਾਈਕਲ ਵੀ ਸ਼ਾਮਲ ਹੈ 트੍ਰੰਪ ਦਾ ਕਹਿਣਾ ਹੈ ਕਿ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਬਾਰੇ ਗੱਲ ਵੀ ਕੀਤੀ ਸੀ ਪਰ ਕੋਈ ਨਤੀਜਾ ਨਹੀਂ ਨਿਕਲਿਆ ਹੁਣ ਲੋਕ ਸਭਾ ਚੋਣਾਂ ਤੋਂ ਐਂ ਪਹਿਲਾਂ ਮੋਦੀ ਤੋਂ ਉਹਨਾਂ ਦੇ ਯਾ ਡੋਨਾਲਡ 트੍ਰੰਪ ਗੁੱਸੇ ਹੋ ਕੇ ਬੈ ਗਏ ਹਨ ਨੈਸ਼ਨਲ ਰਿਪਬਲਿਕਨ ਕਾਂਗਰਸ ਦੀ ਕਮੇਟੀ ਦੇ ਕਰਤਤਾ ਮੌਕੇ 트੍ਰੰਪ ਨੇ ਕਿਹਾ ਕਿ ਤੇ ਅਮਰੀਕੀ ਵਸਤੂਆਂ ਤੇ ਬੇਤਹਾਸ਼ਾ ਕਰ ਵਸੂਲਦਾ ਹੈ 트럼ਪ ਦਾ ਕਹਿਣਾ ਹੈ ਕਿ ਭਾਰਤ ਬਹੁਤ ਸਾਈਕਲਾਂ ਦਾ ਨਿਰਮਾਣ ਕਰਦਾ ਤੇ ਅਸੀਂ ਤੇ ਕੋਈ ਵਸੂਲੀ ਨਹੀਂ ਕਰਦੇ ਪਰ ਜਦ ਅਸੀਂ ਆਪਣਾ ਮੋਟਰਸਾਈਕਲ ਭੇਜਦੇ ਹਾਂ ਤਾਂ ਉਹ 100% ਕੱਟ ਠੋਕ ਦਿੰਦੇ ਹਨ ਇਸ ਵਾਰੀ ਦਾ ਵਟਾ ਨਹੀਂ ਇਹ ਸਹੀ ਨਹੀਂ ਹੈ ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਰੈਸੀਪ੍ਰੋਕਲ ਟੈਕਸ ਮੁਹਿੰਮ ਯਾਨੀ ਕਿ ਕਿਸੇ ਦੇਸ਼ ਦੀਆਂ ਵਸਤਾਂ ਤੇ ਉਹਨਾਂ ਹੀ ਕਰ ਲਾਉਣਾ ਜਿਨ੍ਹਾਂ ਵਿੱਚ ਅਮਰੀਕੀ ਵਸਤਾਂ ਤੇ ਲਾਉਂਦੇ ਹਨ ਸੌਖੇ ਸ਼ਬਦਾਂ ਵਿੱਚ ਵਾਰੀ ਦਾ ਵਟਾ ਨੂੰ ਸਮਰਥਨ ਦਾ ਐਲਾਨ ਕੀਤਾ ਉਦੋਂ ਟਰੰਪ ਨੇ ਕਿਹਾ ਸੀ ਕਿ ਭਾਰਤ ਹਾਰਲੇ ਡੈਵਿਡਸਨ ਮੋਟਰਸਾਈਕਲ ਤੇ 100 ਦੀ ਬਜਾਏ 50 ਫੀਸਦੀ ਕਰ ਵਸੂਲੇਗਾ ਹਾਲਾਂਕਿ ਉਹਨਾਂ ਇਸ ਨੂੰ ਵੀ ਜਾਇਜ਼ ਨਹੀਂ ਸੀ ਦੱਸਿਆ ਪਰ ਸਹਿਣਯੋਗ ਕਰਾਰ ਦਰਤਾ ਸੀ